ਸਤਿ ਸ੍ਰੀ ਜੀ। ਅੱਜ ਅਸੀਂ ਪਰਮ ਪੂਜ ਮਹਾਰਾਜ ਜੀ ਦੀ 45ਵੀਂ ਬਰਸੀ ਦੀ ਯਾਦ ਵਿੱਚ ਸੰਗਤ ਰੂਪ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹਾਂ। ਸੰਸਾਰ ਵਿੱਚ ਭਾਈਆਂ ਹੋਣਗੇ, ਹੁਣ ਹੈਗੇ, ਕਿਉਂਕਿ ਕਹਾਵਤ ਹੈ ਕਿ ਜੰਗਲ ਸ਼ੇਰ ਤੋਂ ਬਿਨਾਂ ਨਹੀਂ ਰਹਿੰਦਾ। ਜੰਗਲੀ ਸ਼ੇਰ ਜ਼ਰੂਰ ਹੁੰਦਾ ਹੈ, ਪਰ ਅੱਜ ਸਾਡਾ ਵਨ ਵਿਭਾਗ ਕਹਿ ਰਿਹਾ ਹੈ ਕਿ ਸ਼ੇਰਾਂ ਦੀ ਗਿਣਤੀ ਘੱਟ ਰਹੀ ਹੈ। ਇਸ ਵਾਸਤੇ ਇਹਨਾਂ ਨੂੰ ਮਾਰਨਾ ਹੁਣ ਗੁਨਾਹ ਹੈ। ਤੋ ਜਿਹੜੇ ਸ਼ੇਰ ਮਹਾਂਪੁਰਸ਼ ਨੇ ਨਾ, ਸ਼ੇਰ ਮਹਾਂਪੁਰਸ਼ ਸਰਵ ਕਲਾ ਸਮਰੱਥ, ਉਹ ਮਹਾਂਪੁਰਸ਼ ਨੂੰ ਕੋਈ ਵਿਰਲਾ ਵਿਰਲਾ ਹੈ, ਟਾਵਾਂ ਟਾਵਾਂ ਹੈ, ਉਹ ਹਰ ਜਗ੍ਹਾ ਨਹੀਂ ਲੱਭਦਾ। ਸਤਿ ਸ੍ਰੀ ਜੀ, ਸੰਸਾਰ 'ਚ ਬਹੁਤ ਮਹਾਂਪੁਰਸ਼ ਹੋਏ ਹਨ, ਪਰ ਜਿਤਨਾ ਮਹਾਰਾਜ ਜੀ ਨੇ ਆਪਣੀ ਸੰਗਤ ਨੂੰ ਪਿਆਰ ਕੀਤਾ ਹੈ ਔਰ ਜਿਤਨਾ ਆਪਣੀ ਸੰਗਤ ਦਾ ਖਿਆਲ ਰੱਖਿਆ ਹੈ, ਸ਼ਾਇਦ ਕਿਸੇ ਮਹਾਂਪੁਰਸ਼ ਨੇ ਰੱਖਿਆ ਹੋਵੇ। ਇਤਨਾ ਖਜ਼ਾਨਾ ਉਹ ਆਪਣੇ ਬਚਨਾਂ ਦਾ, ਆਪਣੇ ਕੀਰਤਨ ਦਾ ਛੱਡ ਗਏ ਨੇ ਕਿ ਇਹ ਯੁਗਾਂ ਯੁਗੰਤਰ ਤੱਕ ਕਾਇਮ ਰਹੇਗਾ। ਇਹਨੇ ਮੁੱਕਣਾ ਨਹੀਂ, ਇਹਨੇ ਖੁੱਟਣਾ ਨਹੀਂ। ਇਹ ਸਾਡੀ ਹੈ ਕਿ ਅਸੀਂ ਇਹਨੂੰ ਮੰਨੀਏ ਨਾ, ਇਹਨੂੰ ਕੰਢ ਦੇ ਦੇਈਏ ਜਾਂ ਮੁਨਕਰ ਹੋ ਜਾਈਏ, ਇਹ ਸਾਡੇ ਅਪਾਗ ਹੋਣਗੇ। ਸਤਿ ਸ੍ਰੀ ਜੀ, ਗੱਲ ਕੁਛ ਸੁਣਾਈਏ ਤਾਂ ਪਹਿਲੀ ਤਾਂ ਆਪਣੀ ਹੁੰਦੀ ਹੈ, ਫਿਰ ਜਦੋਂ ਅਸੀਂ ਉਸਦਾ ਸੰਦੇਸ਼, ਵੀ ਉਸਦੇ ਵਿੱਚ ਸੰਦੇਸ਼ ਕੀ ਹੈ, ਉਹ ਤੋਂ ਵਿਚਾਰ ਕਰਨੇ ਆ, ਅਤੇ ਉਹ ਫਿਰ ਸੰਗਤ ਦੇ ਰੂਪ ਵਿੱਚ ਬਣ ਜਾਂਦਾ। ਮੈਂ ਕਿਉਂਕਿ ਹੈ ਤਾਂ ਮੇਰੀ ਆਪਣੀ ਗੱਲ, ਕਹਿਣੀ ਵੀ ਨਹੀਂ ਸੀ, ਮੈਂ ਸਿਰਫ ਡੈਡੀ ਜੀ ਨਾਲ ਸਾਂਝ ਕੀਤੀ ਹੈ। ਪਰ ਇਹ ਤੋਂ 4 ਦਿਨਾਂ ਤੋਂ ਮੈਂ ਸੋਚ ਰਿਹਾ ਸਾਂ ਕਿ ਮਹਾਰਾਜ ਜੀ ਆਖਦੇ ਸਨ ਬਈ ਹਰ ਸੁਪਨੇ ਵਿੱਚ ਇੱਕ ਸੰਦੇਹ ਆਉਂਦਾ ਹੈ। ਜਿਵੇਂ ਵਿਚਾਰ ਕਰਦਾ ਰਿਹਾ ਵੀ ਜੇ ਮੈਨੂੰ ਸੁਪਨਾ ਆਇਆ, ਇਸ ਵਿੱਚ ਕੀ ਸੰਦੇਸ਼ ਹੈ, ਅਤੇ ਉਹ ਸੰਦੇਸ਼ ਜਦੋਂ ਮੈਂ ਆਪ ਜੀ ਨਾਲ ਸਾਂਝਾ ਕਰਾਂਗਾ, ਸੁਪਨਾ ਮੇਰਾ ਨਹੀਂ ਰਹੇਗਾ, ਤੁਹਾਡਾ ਹੋ ਜਾਏਗਾ। ਇਹ ਬਰਸੀ ਤੋਂ 2-3 ਦਿਨ ਪਹਿਲੇ ਦੀ ਬਾਤ ਹੈ ਕਿ ਦਇਆ ਦੇ ਘਰ ਆ ਗਏ ਮੇਰੇ ਪਾਤਸ਼ਾਹ, ਅਤੇ ਮੇਰੇ ਸੁਪਨੇ 'ਚ ਆ ਗਏ। ਬੜਾ ਮੇਰਾ ਬਹੁਤ ਹੀ ਖੂਬਸੂਰਤ ਹੈ ਜੀ ਸਾਨੂੰ, ਪਰ ਉਸ ਦਿਨ ਝਲਕ ਕੋਈ ਨਿਆਰੀ ਸੀ। ਵਾਜੇ 'ਤੇ ਬੈਠੇ ਕੀਰਤਨ ਵਾਸਤੇ ਮੈਨੂੰ ਅਕਲ ਨਾ ਆਈ, ਮੈਂ ਕੋਲ ਨਾਲ ਹੀ ਬੈਠ ਗਿਆ। ਨਾਲ ਬੈਠ ਗਿਆ ਤਾਂ ਮੈਨੂੰ ਇਸ਼ਾਰਾ, ਇਸ ਪਾਸੇ ਜਿਹੜਾ ਵਾਜਾ ਪਿਆ ਨਾ, ਇਹ ਵਾਜੇ 'ਤੇ ਬੈਠ ਜਾ। ਮੈਂ ਉੱਠ ਕੇ ਵਾਜੇ ਵੱਲ ਚਲਾ ਗਿਆ। ਇਤਨੇ ਨੂੰ ਡੈਡੀ ਜੀ ਆ ਗਏ, ਮੈਂ ਵਾਜਾ ਇਹਨਾਂ ਵਾਸਤੇ ਛੱਡ ਦਿੱਤਾ। ਪਤਾ ਨਹੀਂ ਸਾਹਮਣਿਓਂ ਉਹਨਾਂ ਨੇ ਆਪਣੀ ਕਰਾਮਾਤ ਨਾਲ ਪ੍ਰਗਟ ਕੀਤਾ ਜਾਂ ਕਿਵੇਂ ਕੀਤਾ, ਸਾਹਮਣੇ ਇੱਕ ਦਿਲ ਰੁਬਾ ਪਿਆ ਸੀ, ਉਹ ਦਿਲ ਰੁਬਾ ਉਹਨਾਂ ਮੈਨੂੰ ਫੜਾਤਾ ਵੀ ਇਹ ਵਜਾ, ਤਾਂ ਤੂੰ ਲੈ ਨਹੀਂ ਬੈਠ ਸਕਦਾ। ਹੁਣ ਮੈਂ ਸੋਚਦਾ ਰਿਹਾ ਵੀ ਇਹਦੇ ਵਿੱਚ ਸੰਦੇਸ਼ ਕੀ ਹੈ। ਸੰਦੇਸ਼ ਇਹ ਹੈ ਕਿ ਸਤਿਗੁਰੂ ਦੇ ਚਰਨਾਂ 'ਚ, ਸਤਿਗੁਰੂ ਦੇ ਕੋਲ
ਜਾਂ ਮਹਾਂਪੁਰਸ਼ ਦੇ ਕੋਲ ਸਿਰਫ ਕੀਰਤਨੀਆਂ ਬੈਠ ਸਕਦਾ ਹੈ, ਸ਼ਬਦ ਗਾਉਣ ਵਾਲਾ ਬੈਠ ਸਕਦਾ, ਦੂਸਰਾ ਕੋਈ ਨਹੀਂ ਬੈਠ ਸਕਦਾ। ਤਾਂ ਬਾਬਾ ਨੰਦ ਸਿੰਘ ਦੇ ਕੋਲ ਸਿਰਫ ਸੰਤ ਸੁਜਾਨ ਸਿੰਘ ਮਹਾਰਾਜ ਬੈਠ ਸਕਦਾ, ਹੋਰ ਕੋਈ ਨਹੀਂ ਬੈਠ ਸਕਦਾ। ਭਾਵੇਂ ਅਸੀਂ ਗੱਲਾਂ ਜਿਤਨੀਆਂ ਮਰਜ਼ੀਆਂ ਕਰ ਲਈਏ, ਜਿਵੇਂ ਗੁਰੂ ਨਾਨਕ ਦੇ ਕੋਲ ਮਰਦਾਨਾ ਬੈਠਦਾ ਹੈ, ਤਾਂ ਬਾਬੇ ਨੰਦ ਸਿੰਘ ਕੋਲ ਪਰਮ ਪੂਜ ਮਹਾਰਾਜ ਸੰਤ ਸੁਜਾਨ ਸਿੰਘ ਜੀ ਬੈਠਦੇ ਆ। ਤਾਂ ਹੀ ਉਹਨਾਂ ਨੇ ਪਰਿਵਾਰ ਨੂੰ ਕਿਹਾ ਸੀ ਕਿ ਜਿਹੜਾ ਮੇਰੇ ਪਰਿਵਾਰ ਵਿੱਚ ਪੈਦਾ ਹੋਇਆ ਹੈ, ਕਿ ਅਗਰ ਸਵੇਰੇ ਸ਼ਬਦ ਦੀ ਹਾਜ਼ਰੀ ਨਹੀਂ ਪਾ, ਤਾਂ ਉਸ ਵਾਸਤੇ ਮੇਰਾ ਨਾਮ ਲੈਣਾ ਗੁਨਾਹ ਹੈ। ਇਸ ਦੇ ਪਿੱਛੇ ਵੀ ਇਹੀ ਸੜਕੇ ਬੱਚੇ, ਜੋ ਮੇਰੇ ਕੋਲ ਬੈਠਣਾ ਨੇ ਤਾਂ ਤੁਹਾਨੂੰ ਸ਼ਬਦ ਗਾਉਣਾ ਪਏਗਾ, ਸ਼ਬਦ ਗਾਉਣ ਤੋਂ ਬਿਨਾਂ ਤੁਸੀਂ ਮੇਰੇ ਕੋਲ ਨਹੀਂ ਬੈਠ ਸਕਦੇ। ਤੋ ਅੱਜ ਮਹਾਰਾਜ ਜੀ ਦੀ ਬਰਸੀ ਦੇ ਵਿੱਚੋਂ ਅਸੀਂ ਇਹੀ ਸੰਦੇਸ਼ ਲੈਣਾ ਹੈ ਸਾਧ ਸੰਗਤ ਜੀ, ਕਿ ਅਸੀਂ ਗੁਰਬਾਣੀ ਹੈ, ਅਸੀਂ ਕੀਰਤਨ ਨਾਲ ਜੁੜਨਾ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜਨਾ ਹੈ, ਔਰ ਜੋ ਵੀ ਅਰਦਾਸ ਕਰਨੀ ਹੈ, ਜੀ ਕੀ ਵਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਗੁਰੂ ਅਸੀਂ ਅਰਦਾਸ ਕਰਾਂਗੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ, ਜਿਹੜਾ ਅਸੀਂ ਦੁਖੜਾ ਰੱਖਾਂਗੇ ਉਹ ਜ਼ਰੂਰ ਜ਼ਰੂਰ ਕਬੂਲ ਕਰੇਗਾ। ਔਰ ਬਹੁਤ ਵਾਰੀ ਸਾਧ ਸੰਗਤ ਜੀ, ਮਹਾਰਾਜ ਜੀ ਦੇ ਬਚਨਾਂ ਵਿੱਚ ਬਹੁਤ ਹੀ ਕੀਮਤੀ ਬਚਨ ਹੁੰਦੇ ਹਨ। ਮਹਾਰਾਜ ਦੇ ਕੀਰਤਨ ਤੋਂ ਘੱਟ ਪਹਿਲੇ ਆਇਆ ਕਰੋ, ਉਸ ਵੇਲੇ ਵੀ ਤੁਸੀਂ ਮਟਕ ਕੇ ਆਉਂਦੇ ਹੋ। ਉਹਦੇ ਵੀ ਇੱਕ ਕੀਰਤਨ ਲੱਗਿਆ ਜਿਸ ਮਹਾਰਾਜ ਜੀ ਨੇ ਸ਼ਬਦ ਗਾਇਆ ਹੈ, ਆਜ ਇਹ ਕੈਸਾ ਜਲਵਾ ਹੈ। ਉੱਥੇ ਮਹਾਰਾਜ ਨੇ ਇੱਕ ਬੜੀ ਰਮਜ ਦੀ ਬਾਤ ਕਹੀ ਹੈ, ਮੈਂ ਬੜੇ ਕਥਾ ਵਾਚਕਾਂ ਨੂੰ ਵੀ ਸੁਣਿਆ ਅਤੇ ਬੜੀਆਂ ਕਿਤਾਬਾਂ ਵੀ ਪੜ੍ਹੀਆਂ ਨੇ, ਪਰ ਇਹ ਵਚਨ ਮੈਂ ਕਿਸੇ ਕੋਲੋਂ ਨਹੀਂ ਸੁਣਿਆ। ਮਹਾਰਾਜ ਜੀ ਨੇ ਉੱਥੇ ਇਹ ਰਮਜ ਖੋਲ੍ਹੀ ਹੈ ਕਿ ਜਿਹੜੀ ਅੰਦਰ ਜੋਤ ਪ੍ਰਗਟ ਹੁੰਦੀ ਹੈ, ਕਿਸੇ ਦੇ ਅੰਦਰ ਦੀਵਾ ਜਗ ਜਾਂਦਾ ਹੈ, ਕਿਸੇ ਦੇ ਅੰਦਰ ਬੱਤੀ ਜਗ ਜਾਂਦੀ ਹੈ, ਉਹ ਉੱਥੇ ਹੀ ਸਬਰ ਕਰ ਜਾਂਦਾ, ਪਰ ਉਹ ਜੋਤ ਨਹੀਂ ਹੈ, ਉਸ ਜੋਤ ਦਾ ਪਰਛਾਵਾਂ ਕੋਈ ਨਹੀਂ ਹੁੰਦਾ, ਇਹ ਉਸ ਜੋਤ ਦੀ ਨਿਸ਼ਾਨੀ ਹੈ, ਉਸਦਾ ਪਰਛਾਵਾਂ ਕੋਈ ਨਹੀਂ। ਚੰਨ ਦਾ ਪਰਛਾਵਾਂ ਹੈ, ਸੂਰਜ ਦਾ ਪਰਛਾਵਾਂ ਹੈ, ਤੁਸੀਂ ਘਰ ਬੱਤੀ ਜਲਾਓ ਵੀ ਕਾਲੀ ਲਕੀਰ ਕਹਿੰਦਾ ਆ ਜਾਏਗੀ, ਪਰ ਜਿਹੜੀ ਉਹ ਜੋਤ ਪ੍ਰਗਟ ਹੁੰਦੀ ਹੈ ਉਸ ਦੇ ਵਾਸਤੇ ਵਿੱਚ ਇਹ ਪਰਛਾਵਾਂ ਨਹੀਂ। ਹੁਣ ਬਚਨ ਤਾਂ ਉਹਨਾਂ ਨੇ ਕੀਰਤਨ ਸਹਿਜਤਾ ਕਹਿਤਾ, ਪਰ ਧਿਆਨੀ ਲੋਕਾਂ ਵਾਸਤੇ ਜੋ ਧਿਆਨ ਕਰਦੇ ਹਨ, ਸ਼ਾਇਦ ਇਹ ਦੁਨੀਆਂ ਦੀ ਕੋਈ ਦੌਲਤ ਇਸ ਬਚਨ ਦਾ ਮੁਕਾਬਲਾ ਨਹੀਂ ਕਰ ਸਕਦੀ। ਤੋ ਐਸੇ ਐਸੇ ਬੜੇ ਕੀਮਤੀ ਬਚਨ, ਬੜੇ ਬੜੇ ਕੀਮਤੀ ਹੀਰੇ ਮਹਾਰਾਜ ਜੀ ਦੇ ਕੀਰਤਨ ਵਿੱਚ ਆਉਂਦੇ ਨੇ। ਸੋ ਆਪ ਜੀ ਸਾਵਧਾਨਤਾ ਨਾਲ ਉਹ ਸਮੇਂ ਤੋਂ ਪਹਿਲੇ ਆ ਕੇ ਇਸ ਕੀਰਤਨ ਵਿੱਚ ਹਾਜ਼ਰੀ ਭਰਿਆ ਕਰੋ। ਫੁੱਲਾਂ ਚੋਂ ਤੁਹਾਡੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ।